ਭਾਰਤੀ ਰੇਲਵੇ ਵੱਲੋਂ ਸਟੇਸ਼ਨਾਂ ਤੇ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਹੁਣ ਫਿਰੋਜ਼ਪੁਰ ਦੇ ਰੇਲਵੇ ਬੋਰਡ ਦੇ ਸਟੇਸ਼ਨਾਂ ਤੇ ਯਾਤਰੀਆਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਰੇਲਵੇ ਫਿਰੋਜ਼ਪੁਰ ਦੇ 15 ਸਟੇਸ਼ਨਾਂ ਤੇ ਲਿਫਟਾਂ ਅਤੇ ਆਟੋਮੈਟਿਕ ਪੌੜੀਆਂ ਯਾਨੀ ਐਕਸਲੇਟਰ ਲਾਈਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਲੁਧਿਆਣਾ ਜਲੰਧਰ ਕੈਂਟ ਅਤੇ ਜੰਮੂ ਤਵੀ ਸਟੇਸ਼ਨਾਂ ਤੇ ਵੀ ਅਪਗ੍ਰੇਡੇਸ਼ਨ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਬਜ਼ੁਰਗਾਂ ਔਰਤਾਂ ਅਤੇ ਬੱਚਿਆਂ ਤੋਂ ਇਲਾਵਾ ਦਿਵਿਆਂ ਤੋਂ ਇਲਾਵਾ ਭਾਰੀ ਸਮਾਨ ਲੈ ਕੇ ਜਾਣ ਵਾਲੇ ਯਾਤਰੀਆਂ ਨੂੰ ਵੀ ਫਾਇਦਾ ਮਿਲਣ ਵਾਲਾ ਹੈ ਰੇਲਵੇ ਦੀ ਡੀਆਰਐਮ ਸੀਮਾ ਸ਼ਰਮਾ ਦਾ ਕਹਿਣਾ ਹੈ ਕਿ ਰੇਲਵੇ ਨੇ ਜਿਨ੍ਹਾਂ ਸਟੇਸ਼ਨਾਂ ਨੂੰ ਅਪਗ੍ਰੇਡ ਕਰਨ ਲਈ ਚੁਣਿਆ ਹੈ ਉਹਨਾਂ ਵਿੱਚੋਂ ਗੁਰਦਾਸਪੁਰ ਉਦਮਪੁਰ ਪਠਾਨਕੋਟ ਹੁਸ਼ਿਆਰਪੁਰ ਮੋਗਾ ਫਿਰੋਜ਼ਪੁਰ ਕੈਂਟ ਮੁਕਸਰ ਫਾਜ਼ਲਕਾ ਕੋਟਕਪੂਰਾ ਢੰਡਾਰੀਕਲਾ ਫਗਵਾੜਾ ਫਲੋਰ ਪੈਜਨਾਥ ਪਪਰੋਲਾ ਦੇ ਸਟੇਸ਼ਨ ਸ਼ਾਮਲ ਯਾਤਰੀਆਂ ਦੀ ਸਹੂਲਤ ਲਈ ਇਹਨਾਂ ਸਟੇਸ਼ਨਾਂ ਤੇ ਐਕਸਲੇਟਰ ਜਾਂ ਲਿਫਟਾਂ ਲਗਾਈਆਂ ਜਾਣਗੀਆਂ ਜਲੰਧਰ ਕੈਂਡ ਤੋਂ ਇਲਾਵਾ ਲੁਧਿਆਣਾ ਅਤੇ ਜੰਮੂ ਤਵੀ ਸਟੇਸ਼ਨਾਂ ਤੇ ਵੀ ਅਪਗ੍ਰੇਡیشن ਦਾ ਕੰਮ ਕੀਤਾ ਜਾ ਰਿਹਾ ਹੈ ਲਿਫਟਾਂ ਲਗਾਉਣ ਦਾ ਕੰਮ ਵੀ ਇਨ੍ਹਾਂ ਹੀ ਸਟੇਸ਼ਨਾਂ ਤੇ ਕੀਤਾ ਜਾਵੇਗਾ